ਪਰਵੰਤਰ ਨੂੰ ਇਹ ਲਿਖਾ ਹੈਗਾ ਤੇ ਮੈਂ ਸ਼ਾਇਦ ਇਥੋਂ ਦਾ ਮਾਲਕ ਬਣ ਜਾਵਾਂ ਮਹਾਲਾ ਦਾ ਪਰਵੰਤ ਸਿੰਘ ਆਪ ਇੱਕ ਐਮਸੀ ਦਾ ਇਲੈਕਸ਼ਨ 300 ਕੁਝ ਵੋਟਾਂ ਤੇ ਹਾਰਿਆ ਇਹ ਮਹਾਲੇ ਦੇ ਲੋਕ ਨੂੰ ਪਸੰਦ ਕਰਦੇ ਹੁੰਦੇ ਤਾਂ ਦੋ ਵਾਰ ਉਹਨੇ ਇਲੈਕਸ਼ਨ ਵਿੱਚ ਟੈਸਟ ਕੀਤਾ ਹੈ ਆਪਣੇ ਐਮਨਸਪਟੀ ਦਾ ਕਦੇ 8 ਤੋਂ 10 ਨਹੀਂ ਹੋਈਆਂ ਜਾਂ 10 ਤੋਂ 11 ਸ਼ਿਟਾਂ ਹੋਈਆਂ ਇਹਨੂੰ 94 ਦੀ ਵੀ ਅਸੈਂਤਾਇਆ ਸੀ ਮਿਹਰ ਨੇ ਭਵਾਨੀ ਅਸੀਂ ਬਣਾਇਆ ਸੀ ਪਤਾ ਦੇ ਕਿ ਅਸੀਂ ਮੇਅਰ ਬਣਾਇਆ ਤਾਂ ਉਹ ਵੀ ਮੈਂ ਬਣਾਇਆ ਸੀ ਅੱਜ ਜਿਹੜਾ ਮੇਅਰ ਸ਼ਬਦ ਆਉ ਸਾਡਾ ਨਾ ਕਿ ਉਹਦਾ ਹੈ ਜਦਾ ਉਹ ਇੱਕ ਇਨਸਾਨ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੰਨਕਰ ਹੋਇਆ ਗੁਰੂ ਘਰ ਤੋਂ ਕਿ ਮੈਂ ਤਾਂ ਜੀ ਕਹਦਾ ਸੀ ਮੈਂ ਰੇੜੀ ਲਾ ਲਊਗਾ ਕੱਲ੍ਹ ਅਜ ਜਾਂਦਾ ਉਹ ਮਹੀਨਾ ਬਾਅਦ ਆ ਕੇ ਸੁਖਬੀਰ ਜੀ ਕੋਲ ਗੁਰਦੁਆਰਾ ਬੈਠ ਗਿਆ ਸੀ ਤੇ ਹੁਣ ਉਹ ਕੱਲ੍ਹ ਨੂੰ ਛੱਡ ਕੇ ਹੁਣ ਜਾ ਕੇ ਫਿਰ ਉਹ ਸਾਡੀ ਪਾਰਟੀ ਕੋਲ ਨਕਰ ਕਰਦਾ ਰਿਹਾ ਚੰਨੀ ਸਾਹ ਕੋਲੇ ਫਿਰ ਉਹਨਾਂ ਜਾ ਕੇ ਆ ਜਿਹੜਾ ਕੇਜਰੀਵਾਲ ਨੂੰ ਸੁਰੂਜਿਆ। ਕੇਜਰੀਵਾਲੋਂ ਟਿਕਟ ਮਿਲਿਆ ਕਿ ਅਜਿਮੁਦ ਮદાન ਚ ਉਤਰਿਆ। ਉਹਦੇ ਕਰੇ 40 ਕੂਟ ਦੀਆਂ ਗੱਡੀਆਂ ਖੜੀਆਂ ਹੋਣ ਤੁਸੀਂ ਮਾਵਾ ਆਦਮੀ ਕਹਿੰਦੇ। ਕਲਵਾਨ ਸਿੰਘ ਰੂਕ ਫੋਬੀਆ ਹੈਗਾ। ਲੇਕਿਨ ਉਹ ਫੋਬੀਆ ਤੁਹਾਡੇ ਸਾਹਮਣੇ ਅਸੀਂ ਆਪ ਵੀ ਫਰਜ਼ ਉਤਾਰਦੇ ਹਾਂ। ਝਾੜੂ ਦਾ ਜਦੋਂ ਬਹੁਤ ਵੱਡਾ ਬੁਖਾਰ ਸੀ ਲੋਕਾਂ ਨੂੰ ਤੇ ਝਾੜੂ ਵਾਲੇ ਕੈਂਡੀਡੇਟ ਨੂੰ ਮੈਂ 28000 ਤੇ ਹਰਾਇਆ। ਮੈਂ ਮੇਰੇ ਆਪਣੇ ਰੂਪ ਸੁਣ। ਮੈਂ 30 ਸਾਲ ਤੋਂ ਪੋਲਿਟਿਕਸ ਦੇ ਵਿੱਚ ਆ। ਚਾਹੇ ਮੈਂ ਪਾਵਰ ਚੱਕ ਰਿਹਾ ਚਾਹੇ ਨਹੀਂ ਰਿਹਾ ਮੈਂ ਲੋਕਾਂ ਨਾਲ ਖੜਾ ਰਿਹਾ ਔਰ ਮੈਨੂੰ ਕੱਲਰ ਦੇ ਰੌਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਮੇ ਕੋਲ ਚੱਲ ਕੇ ਆਏ ਕਿਟਰ ਕਮਲਜੀਤ ਨੂੰ ਵੱਡਾ ਕੋ ਥਮ ਕੱਲਰ ਤੇ ਹੈ ਨਹੀਂ ਸੀਗਾ ਉਹਨੂੰ ਵੀ 14000 ਤੇ ਮਾਦ ਦੇ ਜੂਰੇ ਬੇਟੇ ਨੇ ਮੈਕਸਿਓ ਲੜਦੇ ਆ ਪੂਰੇ ਜੋਰ ਨਾਲ ਲੜਨੇ ਪੈਂਦੀ ਹੈ ਲੋਕ ਮੇਰੇ ਨਾਲ ਮੇਰਾ ਸ਼ਹਿਰ ਮੇਰੇ ਨਾਲ ਹੈ ਮੈਨੂੰ ਕੱਲਰ ਸਪਾਰਡ ਨੂੰ ਕਾਂਗਰਸ ਨੂੰ ਮਾਰਨਾ ਹੈ ਉਸ ਤੋਂ ਬਾਅਦ ਲੜਾਈ ਲਈ ਅਗਲੀ ਕੁਰਸੀ ਦੀ ਲੜ। ਇਹ ਗੱਲ ਕੀ ਪਤਾ ਕੱਲੋਂ ਮੈਂ ਕਹਾ ਮੈਨੂੰ ਦਾ ਮੈਂ ਵੀ ਦਬਦਾ ਬਣਿਆ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਰਾਜਨੀਤੀ ਨੂੰ ਸੰਭਾਵਨਾਵਾਂ ਦੀ ਖੇਡ ਕਿਹਾ ਜਾਂਦਾ ਹੈ ਤੇ ਰਾਜਨੀਤੀ ਦੀਆਂ ਸੰਭਾਵਨਾਵਾਂ ਦੀ ਕੋਈ ਹੱਦ ਨਹੀਂ ਹੁੰਦੀ। ਅੱਜ ਤੋਂ 4 ਦਹਾਕੇ ਪਹਿਲਾਂ 19 ਸਾਲ ਦੀ ਉਮਰ 'ਚ ਇੱਕ ਨੌਜਵਾਨ ਤਪੇ ਤੋਂ ਮਹਾਲੀ ਪਹੁੰਚਦਾ ਹੈ। ਮంత్రి ਵੀ ਬਣਦਾ ਤੇ ਚਰਚਾ ਵੀ ਹੁੰਦੀ ਹੈ ਕੈਪਟਨ ਸਰਕਾਰ ਚ ਮੰਤਰੀ ਤੇ ਚੰਨੀ ਸਰਕਾਰ ਆਉਂਦਿਆਂ ਮੰਤਰੀ ਨਹੀਂ ਵੀ ਰਹਿੰਦੇ ਪਰ ਮਹਾਲੀ ਹਲਕੇ ਚ ਥਾਂ-ਥਾਂ ਦੇ ਉੱਤੇ ਪ੍ਰਚਾਰ ਕਰ ਰਹੇ ਨੇ ਅਸੀਂ ਜ਼ਿਕਰ ਕਰ ਰਹੇ ਹਾਂ ਬਲਬੀਰ ਸਿੱਧੂ ਹੋਰਾਂ ਦਾ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ ਮਹਾਲੀ ਚ ਲੰਬੇ ਸਮੇਂ ਤੋਂ ਲੜਦੇ ਰਹੇ ਨੇ ਜਿਨ੍ਹਾਂ ਦੇ ਭਰਾ ਮਹਾਲੀ ਦੇ ਮੇਰ ਨੇ ਗੱਲਬਾਤ ਸ਼ੁਰੂ ਕਰਦੇ ਆ ਬਲਬੀਰ ਸਿੱਧੂ ਜੀ ਦੇ ਨਾਲ ਸਵਾਗਤ ਹੈ ਜੀ ਪੂਰ ਪੰਜਾਬ ਟੀਵੀ ਦਾ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਜਿਵੇਂ ਮੈਂ ਜ਼ਿਕਰ ਕੀਤਾ ਰਾਜਨੀਤੀ ਦੇ ਅੰਦਰ ਬਹੁਤ ਸਾਰਾ ਕੁਝ ਹੁੰਦਾਗਾ ਤੇ ਰਾਜਨੀਤੀ ਤੁਸੀਂ ਪਿਛਲੇ 5 ਸਾਲ ਚ ਬਹੁਤ ਕੁਝ ਦੇਖਿਆਗਾ ਬਹੁਤ ਸਾਰੀ ਧੜੇਬੰਦੀ ਕੈਪਟਨ ਸਿੱਧੂ ਚੰਨੀ ਕੀ ਕਹਿ ਰਹੀ ਹੈ ਕਾਂਗਰਸ ਦੀ ਰਾਜਨੀਤੀ ਅੱਜ ਕੱਲ ਕੋਈ ਸੰਭਾਵਨਾ ਹੈ ਅੱਗੇ 2022 ਚ ਦੇਖੋ ਪਹਿਲੀ ਗੱਲ ਤਾਂ ਹੈ ਵੀ ਸਾਡੀ ਪਾਰਟੀ ਇੱਕ ਡੈਮੋਕਰਟਿਕ ਪਾਰਟੀ ਹੈ ਜੀ ਇਹ ਚ ਬਕਾਇਦਾ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈਗਾ ਪਰ ਲੇ ਕੇ ਜਦੋਂ ਸਵਾਲ ਲੜਾਈ ਦਾ ਹੁੰਦਾ ਹੈ ਭਰੂਧੀ ਪਾਰਟੀਆਂ ਨਾਲ ਸਾਡੀ ਪਾਰਟੀ ਜਿਹੜੇ ਕੋ ਲੜਦੀ ਹੈ ਔਰ ਤਕਰੀਬਨ ਜਿਸ ਤਰ੍ਹਾਂ ਦੇ ਹਾਲਾਤ ਨੇ ਪੰਜਾਬ ਦੇ ਜੋ ਅਸੀਂ 5 ਸਾਲ ਦੇ ਵਿੱਚ ਵਿਕਾਸ ਹੋਇਆ ਹੈ ਪੰਜਾਬ ਦੇ ਵਿੱਚ ਜੋ ਲੋਕਾਂ ਦੀ ਗੱਲ ਸੁਣੀ ਗਈ ਹੈ ਔਰ ਕੋਈ ਐਂਟੀ ਕੰਮੈਂਸੀ ਨਹੀਂ ਹੈ ਔਰ ਬਕਾਇਦਾ ਲੋਕਾਂ ਵੱਲੋਂ ਇਹ ਚਾਹਤ ਹੈ ਕਿ ਦੁਬਾਰਾ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਔਰ ਇਸੇ ਕਰਕੇ ਲੋਕ ਅੱਜ ਭਾਵੇਂ ਸਾਡੀ ਪਾਰਟੀ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਇਹ ਭਾਵੇਂ ਰੇਸ ਲੱਗੀ ਸੀ ਕਿ ਮੈਂ ਮੁੱਖ ਮੰਤਰੀ ਬਣ ਜਾ ਮੈਂ ਮੁੱਖ ਮੰਤਰੀ ਬਣ ਜਾ ਔਰ ਇਹ ਗੱਲ ਜ਼ਰੂਰ ਹੈ ਕਿ ਪਾਰਟੀ ਦੀ ਪਪੂਲਾਰਿਟੀ ਦਾ ਇਹ ਕਾਰਨ ਹੈ ਕਿ ਜੋ ਅੱਜ ਜਿੰਨੇ ਬੰਦੇ ਨੇ ਜਦੋਂ ਟਿਕਟਾਂ ਵਾਸਤੇ ਅਪਲਾਈ ਕੀਤਾ 1800 ਬੰਦੇ ਨੇ ਟਿਕਟਾਂ ਵਾਸਤੇ ਅਪਲੀਕੇਸ਼ਨ ਦਿੱਤੀ ਇਹ ਸਭ ਤੋਂ ਵੱਡੀ ਸਾਡੀ ਇਹ ਮੈਂ ਮੰਨਦਾ ਵੀ ਸਾਡੀ ਪਾਰਟੀ ਦੇ ਵਿੱਚ ਜੇ ਸਟਰੈਂਥ ਹੈ ਤੇ ਪਾਰਟੀ ਦੀ ਪਪੂਲਾਰਿਟੀ ਹੈ ਪਾਰਟੀ ਦੇ ਲੋਕਾਂ ਚ ਚਰਚਾ ਹੈ ਤਾਂ ਲੋਕ ਇੰਨੇ ਸਾਡੀ ਪਾਰਟੀ ਵਾਲੇ ਪਾਸੇ ਨੂੰ ਆ ਰਹੇ ਨੇ। ਤੋਂ ਇਸ ਕਰਕੇ ਜਿਹੜਾ 2022 ਦਾ ਇਲੈਕਸ਼ਨ ਆ ਬਹੁਤ ਵਧੀਆ ਤਰੀਕੇ ਨਾਲ ਅਸੀਂ ਜਿੱਤਾਂਗੇ। ਇਹਨਾ ਮੈਂ ਕਿਹ ਪੁੱਛਾਂ ਜੀ ਤੁਹਾਡੀ ਲੜਾਈ ਕਾਲੀ ਦਲ ਨਾਲ ਆ ਆਮ ਆਦਮੀ ਪਾਰਟੀ ਨਾਲ। ਬਸ ਸਾਡੀ ਲੜਾਈ ਤਾਂ ਕਿਸੇ ਨਾਲ ਵੀ ਹੈ ਨਹੀਂ। ਪਰ ਦੂਜੀ ਗੱਲ ਇਹ ਹੈਗੀ ਵੀ ਜਿਹੜਾ ਝਾੜੂ ਵਾਲੇ ਥੋੜਾ ਸੋਸ਼ਲ ਮੀਡੀਆ ਤੇ ਜਿਹੜਾ ਗਮਰਾਹਕੁਨ ਪ੍ਰਚਾਰ ਕਰਦੇ ਨੇ ਹੋਰ ਕਰਦੇ ਨੇ ਲੋਕਾਂ 'ਚ ਉਹ ਕੋਸ਼ਿਸ਼ ਇਹ ਕਰ ਰਹੇ ਸਾਡੇ ਜੀ ਲੜਾਈ ਕਾਂਗਰਸ ਨਾਲ ਵੀ ਝਾੜੂ ਦੀ ਹੋ ਰਹੀ ਹੈ। ਪਰ ਦੂਜੀ ਗੱਲ ਕਾਲੀਦਾਲ ਜਿਹੜਾ ਹੈਗਾ ਉਹ ਆਪਣਾ ਬਿਲਾ ਬਿਹਾ ਚੁੱਕਿਆ ਹੈ ਕਿਉਂ ਕਾਲੀਦਾਲ ਨੇ ਜੋ ਦੋ ਵੱਡੀਆਂ ਮੰਦਪਾਈ ਘਟਨਾਵਾਂ ਹੁੰਦੇ ਵਾਪਰੀਆਂ ਉਹਦੇ ਤੋਂ ਹਲੇ ਉਸ ਜਣੇ ਕਿ ਜਿਹੜੀ ਮੈਂ ਕਹਿ ਸਕਦਾ ਵੀ ਉਸ ਦੁੱਖ ਤੋਂ ਹਲੇ ਬਾਹਰ ਨਹੀਂ ਨਿਕਲੇ ਉਸ ਚੋਂ ਗਮ ਚੋਂ ਤੇ ਇੱਕ ਕਾਲੀਦਾਲ ਨੇ ਜੋ 10 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜੋ ਗੁੰਡਾ ਰਾਜ ਪੈਦਾ ਕੀਤਾ ਸੀ ਉਹਦਾ ਉਹਨਾਂ ਤੇ ਬਹੁਤ ਲੋਕਾਂ ਦੇ ਅਸਰ ਹੈ ਇਸ ਗੱਲ ਦਾ ਤੇ ਅੱਜ ਲੋਕ ਕਾਲੀਦਾਲ ਨੂੰ ਮੂੰਹ ਨਹੀਂ ਲਾ ਰਹੇ ਔਰ ਕਾਲੀਦਾਲ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਆਪਣੇ ਜ਼ਮੀਨ ਨੂੰ ਸੰਭਾਲ ਕੇ ਰੱਖ ਲਈਏ ਪਰ ਉਹਨਾਂ ਦੇ ਹੱਥੋਂ ਜ਼ਮੀਨ ਨਿਕਲਦੀ ਜਾ ਰਹੀ ਹੈ ਔਰ ਇਸ ਵੇਲੇ ਮੈਂ ਸਹੀ ਮਾਨ ਇਹ ਗੱਲ ਕਰਾਂ ਕਿ ਵੀ ਕਾਂਗਰਸ ਪਾਰਟੀ ਹੀ ਇੱਕ ਇੱਕ ਪਾਰਟੀ ਜਿਹੜੀ ਬਾਦ ਪਾਰਟੀ ਜਿਹੜੀ ਕਿ ਪੰਜਾਬ ਨੂੰ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਗਈ ਹੈ ਔਰ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਹੋਏ ਨੇ ਪੰਜਾਬ ਦੇ ਵਿੱਚ ਨਸ਼ਾ ਤੇ ਵੀ ਬਹੁਤ ਹੋਇਆ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਵੀ ਬਹੁਤ ਹੋਇਆ ਹੈ ਔਰ ਪੰਜਾਬ ਨੇ ਤਰੱਕੀ ਵੀ ਕੀਤੀ ਹੈ ਔਰ ਇਹੀ ਕਾਰਨ ਹੈ ਕਿ ਅੱਜ ਲੋਕ ਚਾਹੁੰਦੇ ਨੇ ਕਿ ਸਾਨੂੰ ਪੀਸ ਚਾਹੀਦਾ ਸਾਨੂੰ ਡਿਵੈਲਪਮੈਂਟ ਚਾਹੀਦੀ ਹੈ ਸਾਨੂੰ ਜੇ ਅਗਲੇ 5 ਸਾਲ ਜਿਹੜੇ ਹੈ ਉਹ ਸਾਡੇ ਬਾਤੇ ਹੋਰ ਵਧੀਆ ਹੋਣ ਤਾਂ ਮੈਂ ਗਾਰੰਟੀ ਕਰਦਾ ਵੀ ਜਿਸ ਤਰ੍ਹਾਂ ਦਾ ਸਾਨੂੰ ਜੋ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਹੈ ਉਹ ਬਹੁਤ ਹੀ ਅੱਛਾ ਹੈ ਮੈਂ ਪੁੱਛਾਂ ਤੁਸੀਂ ਲੋਕਾਂ ਤੋਂ ਵੋਟਾਂ ਮੰਗ ਰਹੇ ਹੋ ਹਲਕੇ 'ਚ ਘੁੰਮ ਰਹੇ ਹੋ ਤੁਹਾਨੂੰ ਕੋਈ ਵੋਟ ਕਿਉਂ ਦੇਵੇ ਇਹ じゃ ਕੋਈ ਪੰਜ ਕੰਮ ਗਿਣਾ ਸਕਦੇ ਹੋ ਜਿਹਦੇ ਕਰਕੇ ਤੁਹਾਨੂੰ ਕੋਈ ਵੋਟ ਦੇਵੇ ਤੁਹਾਨੂੰ ਮੈਂ ਪਹਿਲੀ ਗੱਲ ਤਾਂ ਦੱਸਣੀ ਚਾਹੁੰਦਾ ਕਿ ਮੈਂ ਜਦੋਂ ਮਨਿਸਟਰ ਬਣਿਆ ਉਦੋਂ ਕੁਛ ਥੋੜੀ ਦੇਰ ਬਾਅਦ ਹੀ ਬੜਾ ਵੱਡਾ ਜਿਹੜਾ ਇੱਕ ਦੁਕਾਨ ਤੇ ਜਿਹੜਾ ਸੀਗਾ ਆਪਣੀ ਇੱਕ ਕੁਦਰਤੀ ਆਫਤ ਜਿਹੜੀ ਕਰੋਨਾ ਵਰਗੀ ਆਈ ਮੈਂ ਉਸ ਕਰੋਨਾ ਦੌਰਾਨ ਬਹੁਤ ਕੰਮ ਕੀਤਾ ਔਰ ਮੈਂ ਤਕਰੀਬਨ ਲੋਕਾਂ ਦੇ ਸ਼ਮਸ਼ਾਨ ਘਾਟ ਜਾ ਕੇ ਸਸਕਾਰ ਵੀ ਕਰਾਏ ਔਰ ਲੋਕਾਂ ਦੇ ਹਸਪਤਲ ਜਾ ਕੇ ਲੋਕਾਂ ਦੇ ਹਾਲ ਚਾਲ ਵੀ ਪੁੱਛੇ ਮੈਂ ਖੁਦ ਵੀ ਕਰੋਨਾ ਪੀੜ ਤਰ ਰਿਹਾ ਪਰ ਮੈਂ ਉਹ ਜਿਹੜਾ ਕੰਮ ਕੀਤਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਗੱਲ ਦੀ ਬਕਾਇਦਾ ਤਰਜਮਾਨੀ ਕੀਤੀ ਕਿ ਵਾਕਈ ਪੰਜਾਬ ਦੇ ਅੰਦਰ ਜਿਹੜਾ ਮਾਡਲ ਹੈ ਪੰਜਾਬ ਦਾ ਤੇ ਪੰਜਾਬ ਨੇ ਕੋਵਿਡ ਨੂੰ ਬੜਾ ਅਸਰਿਕ ਤੈਕਲ ਕੀਤਾ ਹੈ ਔਰ ਇੱਕ ਤਾਂ ਮੈਨੂੰ ਉਸ ਗੱਲ ਦਾ ਬਹੁਤ ਵੱਡਾ ਸਕੂਨ ਹੈ ਪੂਰੇ ਪੰਜਾਬ 'ਚ ਮੈਂ ਕੰਮ ਕੀਤਾ ਪੂਰੇ ਪੰਜਾਬ ਫਿਰ ਮੈਂ ਬਹੁਤ ਵੱਡੇ ਪੱਧਰ ਤੇ ਜਿਹੜੀ এমਪਲੋਇਮੈਂਟ ਵੀ ਆਪਣੀ ਉਹ ਜਨਰੇਟ ਕੀਤੀ ਕਿ ਮੈਂ 1600 ਡਾਕਟਰ ਭਰਤੀ ਕੀਤੇ ਫਿਰ ਸਟਾਫ ਨਰਸ ਭਰਤੀ ਕੀਤੇ ਐਨਮ ਭਰਤੀ ਕੀਤੇ ਫਰਾਂਸਿਸ ਭਰਤੀ ਕੀਤੇ ਜਿਹੜੇ ਹੋਰ ਲੈਬ ਟੈਕਨੀਸ਼ੀਅਨ ਜਿੰਨੇ ਵੀ ਜਾਨੀ ਕਿ ਕੈਟਾਗਰੀਆਂ ਸੀਗੀਆਂ ਉਹ ਸਾਰੇ ਮੇਰੇ ਵੇਲੇ ਭਰਤੀ ਹੋਏ ਔਰ 2760 ਮੈਂ ਹੈਲਥ ਵੈਲਨੈਸ ਸੈਂਟਰ ਖੋਲੇ ਪੂਰੇ ਪੰਜਾਬ ਦੇ ਵਿੱਚ ਔਰ ਉਹ 3000 ਬੱਚਾ ਜਿਹੜਾ ਉਹਦਾ ਸੈਂਟਰ ਦਾ ਹੀ ਭਰਤੀ ਕੀਤਾ ਕਮਿਊਨਿਟੀ ਹੈਲਥ ਆਫਸਰ ਜਿਹਨੂੰ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੈਂ ਹਸਪਤਾਲ ਦੀ ਜਿਹੜੀ ਬਹੁਤ ਜ਼ਿਆਦਾ ਹਾਦਸੇਦਾਰੀ ਔਰ ਉਦੋਂ ਇਹ ਪੂਰੇ ਪੰਜਾਬ ਚ ਸਾਡੇ ਕੋਲ ਇੱਕ ਵੀ ਟੈਸਟ ਕਰਨ ਦੀ ਸਮਰੱਥਾ ਨਹੀਂ ਸੀ ਉਦੋਂ ਸਾਡੇ 21 ਸੈਂਪਲ ਲਏ ਪੂਨੇ ਜਾਂਦਾ ਸੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਪਰ ਅੱਜ ਅਸੀਂ ਦੇਖੋ ਮੇਰੇ ਹੁੰਦੇ ਹੁੰਦੇ ਅਸੀਂ 1 ਲੱਖ ਟੈਸਟ ਪਾੜੇ ਕਰਨ ਲੱਗੇ ਸੀਗੇ 50000 ਆਰਟੀਪੀਸੀਆਰ 25000 ਰੈਪਰਡੈਂਟੀਜਨ ਤੇ ਪਲਾਟਰੂ ਨੜ ਦੇ ਉੱਤੇ ਜਾਨਕਿ ਉਹ ਮੈਂ ਆਪਣੀ ਬਹੁਤ ਵੱਡੀ 37 ਜਿਹੜੇ ਐਮਸੀਐਚ ਹਸਪੀਟਲ ਬਣਾਇਆ ਬੱਚਾ ਬੱਚਾ ਹਸਪਤਾਲ ਮੈਂ ਬਣਾਇਆ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਆਪਣੇ ਕੰਸਟਿਊਐਂਸ ਦੀ ਗੱਲ ਕਰਾਂ ਤਾਂ ਮੇਜਰ ਪ੍ਰੋਜੈਕਟ ਜਿਹੜੇ ਸਭ ਤੋਂ ਵੱਡੇ ਪੰਜਾਬ ਦੇ ਵਿੱਚ ਤਿੰਨ ਮੈਡੀਕਲ ਕਾਲਜ ਸਰਕਾਰ ਦੇ ਇਹ ਚੌਥਾ ਮੈਡੀਕਲ ਕਾਲਜ ਹੈ ਪੰਜਾਬ ਚ ਬਣਿਆ ਤਾਂ ਮੇਰੀ ਕੰਸਟਿਟਿਊਐਂਸੀ ਮਾਹਲੇ ਚ ਬਣਿਆ ਜਿਹੜਾ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਅੱਜ 100 ਬੱਚਾ ਉੱਥੇ ਵਿੱਚ ਦਾਖਲਾ ਲੈ ਰਿਆ ਇਹ ਬੜੀ ਵੱਡੀ ਗੱਲ ਹੈ ਉਸ ਤੋਂ ਬਾਅਦ ਮੈਂ ਲਾਂਡਰਾ ਚੌਕ ਜਿਹੜਾ ਕਿ 10 ਸਾਲ 15 ਸਾਲ ਤੋਂ ਵੀ ਸਦ ਲੋਕ ਸੰਤਾਪ ਭੋਗ ਰਹੇ ਸੀ ਔਰ ਉਹਦੀ ਬਹੁਤ ਲੋਕਾਂ ਨੂੰ ਤਕਲੀਫ ਸੀ ਮੈਂ ਉਹਨੂੰ ਅੱਜ ਬਿਲਕੁਲ ਤੁਹਾਡੇ ਜਾ ਕੇ ਦੇਖੋ ਇੱਕ ਮਾਡਰਨ ਚੌਕ ਬਣਿਆ ਹੋਇਆ ਹੈ ਕਿ 725 ਰੁਪਏ ਖਰਚ ਕਰਕੇ ਉਹ ਠੀਕ ਕੀਤਾ ਉਦੋਂ ਬਾਅਦ ਮੈਂ ਮਹਾਲੇ ਸ਼ਹਿਰ ਦੇ ਇੱਕ ਇੱਕ ਹੋਰ ਡਿਸਕ ਲੈਵਲ ਦਾ ਹਸਪਤਾਲ ਬਣਾਉਣ ਜਾ ਰਹੇ ਹਾਂ 350 ਬੈੱਡ ਦਾ ਉਸ ਤੋਂ ਇਲਾਵਾ ਮੈਂ ਇੱਕ ਕਮਿਊਨਿਟੀ ਹੈਲਥ ਸੈਂਟਰ 3 ਵੀ ਬਣ ਚ ਬਣਾਇਆ ਹੈ ਆਲਟੋਰੀਅਮ ਬਣਾ ਰਿਹਾ ਮਾਰੀ ਦੇ ਵਿੱਚ ਜਿਹੜਾ ਬੱਸ ਸਟੈਂਡ ਬੜੇ ਲੰਬੇ ਸਮੇਂ ਦੇ ਇੱਕ ਬਾਈਟ এলিਫੈਂਟ ਬਣਿਆ ਹੋਇਆ ਸੀ ਉਹਦਾ ਟਗੜਾ ਖਤਮ ਕਰਕੇ ਨਵਾਂ ਬੱਸ ਸਟੈਂਡ ਇੱਥੇ ਬਣਾ ਰਹੇ ਆ ਸਿੰਘ ਸਿਣਾ ਗੁਰਦੁਆਰੇ ਦੇ ਬਰਾਬਰ ਜਗ੍ਹਾ ਪਈ ਅਗਲੇ ਬੱਸ ਖਾਲੀ ਪਈ ਹੈ ਉਹ ਵੀ ਅਸੀਂ ਸਾਡਾ ਪ੍ਰੋਜੈਕਟ ਮੇਰਾ ਪ੍ਰੋਸੈਸ ਚੱਲਦਾ ਹਾਥੀ ਕਿਉਂ ਬਣਿਆ ਉਹ ਬੱਸ ਸਟੈਂਡ ਉਹਦਾ ਸੁਖਵੀਰ ਬਾਦਲ ਹੋਰਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀਗਾ ਮੈਂ ਕਹਿੰਦਾ ਵੀ ਉਹ ਡ੍ਰੀਮ ਪ੍ਰੋਜੈਕਟ ਸੀ ਤੇ ਹੈਲੀਪੈਡ ਬਣਨਾ ਫਲਾਣਾ ਬਣਨਾ ਉਹ ਬਿਲਕੁਲ ਆਊਟ ਆਫ ਰੀਚ ਸੀ ਲੋਕਾਂ ਤੋਂ ਕਿ ਨਾ ਉੱਥੇ ਸਵਾਰੀ ਜਾਂਦੀ ਸੀ ਤੇ ਨਾ ਬਸ ਜਾਂਦੀ ਸੀ ਉੱਥੇ ਤੇ ਇਹ ਲੋਕਾਂ ਦੇ ਹੁਣ ਜਿਹੜਾ ਬੰਦੇ ਨੇ 에어로 ਸਿਟੀ ਜਾਣਾ ਜਾਂ ਜਿਹਨੇ ਸੈਂਟਰ ਜਾਣਾ ਜਾਂ ਸਾਡੇ ਸਾਡੇ 10 ਜਿਹੜੇ ਸਾਰੇ 8 ਫੇਸ ਵਿੱਚ ਹੈਗੇ ਨੇ ਜਾਂ ਗਮਾਡਾ ਲਾ ਲਓ ਪੰਚਾਇਤੀ ਦਰਵਾ ਲਾ ਲਓ ਮੰਡੀ ਬੋਰਡ ਲਾ ਲਓ ਫੋਰੈਸਟ ਦਾ ਲਾ ਲਓ ਜਾਂ ਡੀਸੀ ਉਹ ਵੀ 76 ਦੇ ਵਿੱਚ ਹੈਗਾ ਦੇ ਲੋਕਾਂ ਵਾਸਤੇ ਉਹਦੀ ਕੋਈ ਮਾਨ ਨਹੀਂ ਸੀ ਰੱਖਦਾ ਉਹ ਉਹ ਸਿਰਫ ਸਖਬੀਰ ਨੇ ਸ਼ਾਇਦ ਉਹ ਕਬਜ਼ਾ ਕਰਨ ਵਾਸਤੇ ਆ ਆ ਆਪਣੀ ਔਰਬਿਟ ਵਾਸਤੇ ਉਹਦੇ ਵਾਸਤੇ ਬਣਾਇਆ ਸੀਗਾ ਪਰ ਉਹ ਕਾਮਯਾਬ ਨਹੀਂ ਹੋਇਆ ਸਖਬੀਰ ਦੀਆਂ ਆਪਣੀਆਂ ਬਸਾਂ ਵੀ ਇੱਕ ਪ੍ਰਾਈਵੇਟ ਪਲੇਸ ਤੇ ਖੜ੍ਹ ਜਾਂਦੇ ਨੇ 2 ਫਿਰਦੇ ਤੁਸੀਂ ਦੇਖਿਆ ਹੋਣਾ ਉੱਤੇ ਸ਼ੋਰੂਮ ਲੈ ਕੇ ਦਫ਼ਤਰ ਬਣਾਇਆ ਉੱਤੇ ਬਸਾਂ ਖੜੀਆਂ ਕਰਦੇ ਨੇ ਜਾਨੀ ਮਹਾਲੀ ਦੇ ਬਿਲਕੁਲ ਚੈਲੇਂਜ ਕਰਨ ਵਾਸਤੇ ਸੀ ਬਸ ਸਟੈਂਡ ਸੈਂਟਰ ਜ ਲੈ ਕੇ ਆ 17 ਤੋਂ 43 43 ਤੋਂ ਮਹਾਲੀ ਮਹਾਲੀ ਤੋਂ 에어ਪੋਰਟ ਤੋਂ ਬਸਾਂ ਬਾਹਰ ਨੂੰ ਜਾਣਗੀਆਂ ਔਰ ਉਦੋਂ ਬਾਅਦ ਇੱਕ ਸਾਡੇ ਇੱਕ ਬਹੁਤ ਵੱਡਾ ਅ ਸੀਗਾ ਇੱਕ ਗਲਾਈ ਸੀ ਰੋਡ ਦੇ ਵਿੱਚ ਜਿੱਥੇ ਬਹੁਤ ਮੇਜਰ ਐਕਸੀਡੈਂਟ ਹੋਏ ਨੇ ਤੁਸੀਂ ਹੁਣ ਸੈਕਟਰ 70 ਦੇਖੋਗੇ ਮੈਂ ਉਹਦਾ ਮਸਲਾ ਹੱਲ ਕਰਵਾਇਆ ਹੈ ਕਿ ਗੁਰਦੁਆਰਾ ਸਾਹਿਬ ਨੂੰ ਉੱਥੋਂ ਸ਼ਿਫਟ ਕਰਕੇ ਮਾਤਾ ਸੁਨਿਦਰ ਗੁਰਦੁਆਰਾ ਬਣਿਆ ਹੋਇਆ ਸੀ ਨੰਗ ਸਿੰਘਾਂ ਦਾ ਉਹਨੂੰ ਸ਼ਿਫਟ ਕਰਾਂਗੇ ਤੇ ਉਹਨਾਂ ਨੂੰ ਬਕਾਇਦਾ ਤਿੰਨ ਕਿੱਲੇ ਜ਼ਮੀਨ ਵੀ ਦਿੱਤੀ ਜਾਣੀ ਹੈ ਪਲੱਸ 260 ਕਰੋੜ ਰੁਪਏ ਦੇ ਕੇ ਜਿਹੜਾ ਉੱਥੋਂ ਜਿਹੜਾ ਇੱਕ ਐਕਸੀਡੈਂਟ ਏਰੀਆ ਸੀਗਾ ਪ੍ਰੋਨ ਏਰੀਆ ਸੀ ਉਹਨੂੰ ਅਸੀਂ ਖਤਮ ਕਰ ਰਹੇ ਹਾਂ ਪਲੱਸ ऑडिटोरियम चंडीगढ़ टागोरਦਿਤ ਸੀਗਾ ਪਰ ਮਹਾਲੇ ਚ ਨਹੀਂ ਸੀ ਆ 78 ਤੇ ਸਾਡ ਬਿਲਕੁਲ ਇਸ ਐਕਸਾਈਡ ਤੇ ਇਥੇ ਆਡਿਟੋਰੀਅਮ ਬਣਨੇ ਜਾ ਰਿਹਾ ਇੱਕ ਆਟੋ ਦਾ ਹਸਪਤਾਲ ਬਣਾ ਮੰਦ부ਧੀ ਬੱਚਿਆਂ ਵਾਸਤੇ ਨਾਲ ਹੀ ਇਥੇ ਇੰਸਟੀਚੂਟ ਬਣਾ ਰਹੇ ਆ ਅਜੂਸ਼ ਦਾ ਹਸਪਤਾਲ ਮੈਂ ਬਣਾਇਆ ਦਿਾਲਪੁਰੇ ਵਿੱਚ ਬਣਾਇਆ ਉਹ ਵੀ ਬਣ ਕੇ ਤਿਆਰ ਹੋ ਗਿਆ ਜਣੀ ਕੋਈ ਲਿੰਕ ਰੋਡ ਸੀ ਪਿੰਡਾਂ ਦੀਆਂ ਉਹ ਸਾਰੀਆਂ 18 ਫੁੱਟੀਆਂ ਕੀਤੀਆਂ ਨੇ ਪਲੱਸ ਜਿੰਨੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਸਭ ਪੇਰ ਬਲੌਕ ਲਾ ਕੇ ਐਸੋਲੇ ਫਿਟ ਕੀਤੀਆਂ ਨੇ ਤੁਸੀਂ ਦਾਰਾ ਸੁਡੜੇ ਪਾਸੇ ਜਾਓਗੇ ਉੱਥੇ ਇੱਕ ਸਲਾਮ ਏਰੀਆ ਸੀਗਾ ਜਹਾਰ ਨਗਰ ਦੇ ਵਿੱਚ ਨਦੀ ਚੋ ਲੋਰ ਗੰਦੇ ਪਾਣ ਲੰਘ ਜਾਂਦੇ ਸੀਗੇ ਜਿੱਥੇ ਮੈਡੀਕਲ ਕਾਲਜ ਬਣਿਆ ਮੈਂ ਉੱਥੇ 15 ਕਿਲੇ ਜੀਨ ਕਾਲਜ ਵਾਸਤੇ ਵੀ ਦਵਾਈ ਹੈ ਪੰਚਾਇਤ ਤੋਂ ਇੱਕ ਉੱਥੇ ਰੋੜੀ ਹੈ ਨਹੀਂ ਸੀ ਉਸ ਇਸ ਤਰ੍ਹਾਂ ਸੀ ਵੀ ਇੱਧਰ ਗੰਦੇ ਪਾਣ ਦਾ ਨਾਲਾ ਜਾਂਦਾ ਪਰਲੇ ਪਾਸੇ ਬਸੋਂ ਸੀਗੀ ਉਰਲੇ ਪਾਸੇ ਮਹਾਲੀ ਸੀਗੀ ਉਹਨਾਂ ਲੋਕਾਂ ਨੂੰ ਬਾਇਆ ਚੰਡੀਗੜ੍ਹ 10 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਸੀ ਜਾਂ ਉਧਰੋਂ ਬਾਇਆ ਦਾਉ ਘੁੰਮ ਕੇ ਆਉਣਾ ਪੈਂਦਾ ਸੀ ਉਹ 10 ਕਰੋੜ ਦੀ ਲਾਗਤ ਨਾਲ ਇੱਕ ਸੜਕ ਮੈਂ ਉਹ ਵੀ ਬਣਾਈ ਹੈ 10 ਸਕੂਲ ਬਣਾਏ ਨੇ ਮਹਾਲੀ ਚ ਸੱਤ ਸਕੂਲ ਅਪਗ੍ਰੇਡ ਕਰਾਏ ਨੇ ਇੱਕ ਨਰਸਿੰਗ ਕਾਲ ਜੋ ਅਪਰੂਵ ਕਰਾਇਆ ਮਹਾਲੀ ਵਾਸਤੇ ਤੇ ਸੱਤ ਸਕੂਲ ਅਪਗ੍ਰੇਡ ਕਰਕੇ ਕਈਆਂ ਨੂੰ ਪਲੱਸ 2 ਕੀਤਾ ਕਈਆਂ ਨੂੰ ਮਿਡਲ ਹਾਈ ਕੀਤਾ ਕਈਆਂ ਨੂੰ ਮਿਡਲ ਕੀਤਾ ਔਰ ਬਕਾਇਦਾ ਕਿ ਜਿਹੜੇ 10 ਸਕੂਲ ਤੇ ਬਿਲਡਿੰਗ ਵੀ ਨਵੀਂ ਬਣਾਈ ਹੈ ਬਕਾਇਦਾ ਮਹਾਲੀ ਚ ਇੱਕ ਅਸੀਂ 6th ਤੋਂ ਪਲੱਸ 2 ਤੱਕ ਸਕੂਲ ਬਣਾ ਰਹੇ ਹਾਂ 13 ਕਰੋੜ ਦੀ ਲਾਗਤ ਨਾਲ ਇੱਕ ਆਪਣੇ ਕਿਸੇ ਨਾ ਸਕੂਲੇਗਾ 17 ਲੈਵਲ ਸਕੂਲ ਦੇ ਚ ਹੋਣਗੀਆਂ ਜਿਹੜੀ ਮੈਂ ਹਰ ਤੁਸੀਂ ਇੰਨੇ ਕੰਮ ਕਰਾਏ ਨੇ ਅਸੀਂ ਕੁਲਵੰਤ ਹੋਰਾਂ ਦੇ ਭਾਸ਼ਣ ਸੁਣ ਰਹੇ ਆ ਉਹਨਾਂ ਦੀਆਂ ਸਪੀਚਾਂ ਉਹ ਕਹਿ ਰਿਹਾ ਮੇਰੇ ਲਈ ਤਾਂ ਬੜਾ ਸੌਖਾ ਮਹਾਲੀ ਜਿਤਨਾ तमाम तरह ਦੇ ਅਲੀਗੇਸ਼ਨ ਲਾਉਂਦੇ ਨੇ ਕਹਿੰਦੇ ਜੀ ਮੈਂ ਕਿਉਂਕਿ ਤੁਸੀਂ ਵੀ ਉਵੇਂ ਸਟਰਗਲ ਕੀਤੀ ਹੈ ਕੁਲਵੰਤ ਨੇ ਵੀ ਉਵੇਂ ਕੀਤੀ ਹੈਗੀ ਤੁਹਾਡਾ ਹੋਰ ਤਰੀਕਾ ਹੋ ਸਕਦਾ ਤਰੀਕਾ ਉਹਨਾਂ ਦਾ ਹੋਰ ਹੋ ਸਕਦਾ ਉਹ ਕਹਿੰਦੇ ਮਹਾਲੀ ਤਾਂ ਮੇਰੀ ਹੈ ਕੁਲਵੰਤ ਸਿੰਘ ਕਹਿੰਦੇ ਬੜਾ ਜਿਤਨਾ ਸੌਖਾ ਹੈ ਕਲਵਾਨ ਸਿੰਘ ਆਪ ਇੱਕ ਐਮਸੀ ਦਾ ਇਲੈਕਸ਼ਨ 300 ਕੁਝ ਵੋਟਾਂ ਤੇ ਹਾਰਿਆ ਆਪਣੇ ਘਰ ਤੋਂ ਹਾਰਿਆ ਔਰ ਪਲੱਸ ਉਹਦਾ ਮੁੰਡਾ ਵੀ ਬੜੀ ਮੁਸ਼ਕਲ ਨਾਲ 18 ਵੋਟਾਂ ਦੇ ਇਲੈਕਸ਼ਨ ਜਿੱਤ ਸਕਿਆ ਔਰ ਸਾਡੀ ਗਲਤੀ ਹੈ ਕਿ ਅਸੀਂ ਆਪਰ ਥੋੜਾ ਧਿਆਨ ਸਾਡੇ ਬੰਦੇ ਨੂੰ ਉਪਰ ਕੰਫੀਡੈਂਸ ਜਿੱਤ ਗਿਆ ਕਲਵਾਨ ਸਿੰਘ ਪਿਛਲੇ ਬਹੁਤ ਸਾਲਾਂ ਤੋਂ ਇਸ ਗੱਲ ਸਟਰਗਲ ਕਰ ਰਿਹਾ ਕਿ ਮੈਂ ਸ਼ਾਇਦ ਇਥੋਂ ਦਾ ਮਾਲਕ ਬਣ ਜਾਵਾਂ ਮਹਾਲੀ ਦਾ ਲੈਕਨ ਕਲਵੰਤਰ ਜਾ ਕੇ 91 ਸੈਕਟਰ ਜਾ ਕੇ ਦੇਖੋ ਜੇ ਤੁਸੀਂ ਜਾਓਗੇ ਕਿ ਦੋ ਦਿਨ ਤੋਂ ਲਾਈਟ ਨਹੀਂ ਉਹ ਲੋਕ ਤਰਾ ਤਰਾ ਕਰਦੇ ਨੇ ਅੱਜ ਉੱਥੇ ਬਕਾਇਦਾ ਰਾਤ ਕਲਵੰਤਰ ਦੇ ਬੰਦਿਆਂ ਨੇ ਕੋਈ ਬੁਰਸ਼ਾ ਕਰਦੀ ਕੀਤੀ ਹੈ ਕਿ ਉਹ ਬੰਦੇ ਸਾਰੇ ਇਕੱਠੇ ਹੋ ਕੇ ਮੇਰੇ ਕੋਲੇ ਆਏ ਸੀ ਕਿ ਸਾਡੇ ਨੂੰ ਬਚਾਓ ਜੀ ਸਾਨੂੰ ਤਾਂ ਇੱਥੇ ਬਹੁਤ ਖਤਰਾ ਹੈਗਾ ਤੇ 82 ਸੈਕਟਰ ਚ ਜਾਓ ਉਹ ਲੋਕ ਤਰਾ ਤਰਾ ਕਰਦੇ ਨੇ ਕਲਵੰਤਰ ਨੂੰ ਇਹ ਭਲੇਖਾ ਹੈਗਾ ਜੇ ਮਹਾਲੀ ਦੇ ਲੋਕ ਨੂੰ ਪਸੰਦ ਕਰਦੇ ਹੁੰਦੇ ਤਾਂ ਦੋ ਵਾਰ ਉਹਨੇ ਇਲੈਕਸ਼ਨ ਕੰਟੈਸਟ ਕੀਤਾ ਆਪਣੇ ਮਿਊਨਿਸਪੈਲਟੀ ਦਾ ਕਦੇ 8 ਤੋਂ 10 ਨਹੀਂ ਹੋਈਆਂ ਜਾਂ 10 ਤੋਂ 11 ਨਹੀਂ ਸੀਟਾਂ ਹੋਈਆਂ ਤੇ ਉਹ ਹਮੇਸ਼ਾ ਹੀ ਇੱਥੇ ਆ ਕੇ ਲੁੜਕ ਜਾਂਦਾ ਹੈ ਔਰ ਤਕਰੀਬਨ ਇਹਨੂੰ 94 ਜੀ ਵੀ ਅਸੀਂ ਜਤਾਇਆ ਸੀ 99 ਪ੍ਰਧਾਨ ਵੀ ਅਸੀਂ ਬਣਾਇਆ ਸੀ ਵੋਟਾਂ ਦੇ ਕੇ ਔਰ ਜੇ ਮੇਅਰ ਬਣਾਇਆ ਤਾਂ ਉਹ ਵੀ ਮੈਂ ਬਣਾਇਆ ਸੀ 17 ਵੋਟਾਂ ਸੀ ਮੇਰੀਆਂ ਅਸੀਂ 17 ਵੋਟਾਂ ਦਿੱਤੀਆਂ ਤੇ ਇਹਦੇ ਕੋਲ 10 ਵੋਟਾਂ ਸੀਗੀਆਂ ਅੱਜ ਜਿਹੜਾ ਮੇਅਰ ਸ਼ਬਦ ਆ ਉਹ ਸਾਡਾ ਹੈ ਨਾ ਕਿ ਉਹਦਾ ਔਰ ਇਹ ਬਕਾਇਦਾ ਉਹ ਇਨਸਾਨ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਜਾ ਕੇ ਸੌਂ ਸੁਗੰਧ ਚੱਕ ਕੇ ਅਰਦਾਸ ਕਰਾ ਕੇ ਬਾਗ ਲੈ ਕੇ ਮਨਕਰੋ ਹੈ ਗੁਰੂ ਘਰ ਤੋਂ ਕਿ ਮੈਂ ਤਾਂ ਜੀ ਕਹਿੰਦਾ ਸੀ ਮੈਂ ਰੇੜੀ ਲਾ ਲੂੰਗਾ ਕੱਲ ਲੱਜ ਜਾਂਦਾ 2 ਮਹੀਨਿਆਂ ਬਾਅਦ ਜਾ ਕੇ ਸਖਬੀਰ ਦੀ ਬੁੱਕਲ 'ਚ ਫੇਰ ਦੁਬਾਰਾ ਬੈਠ ਗਿਆ ਸੀ ਹੁਣ ਜਦੋਂ ਪਤਾ ਲੱਗਾ ਵੀ ਕਾਲੇ ਲਾਲ ਦਾ ਬੇੜੀ 'ਚ ਬੈਠਣ ਲੱਗੀ ਆ ਤੇ ਹੁਣ ਉਹ ਕੱਲਾਂ ਨੂੰ ਛੱਡ ਕੇ ਹੁਣ ਜਾ ਕੇ ਫਿਰ ਉਹ ਸਾਡੀ ਪਾਰਟੀ ਕੋਲ ਨੱਕ ਰਗੜਦਾ ਰਿਹਾ ਤਿੰਨੀ ਸਾਹ ਕੋਲੇ ਹਰੀਸ਼ ਚੌਧਰੀ ਕੋਲੇ ਗਿਆ ਕਿ ਮੈਨੂੰ ਟਿਕਟ ਦੇ ਦਿਓ ਉਹਨਾਂ ਨੇ ਰਿਫਿਊਜ਼ ਕਰਤਾ ਕਿ ਸਾਡਾ ਮਹਾਲੀ ਤੋਂ ਐਮ.ਐਲ.ਏ ਬੜਾ ਸਟਰੋਂਗ ਆ ਅਸੀਂ ਉਹਦੇ ਉਹਦੀ ਟਿਕਟ ਨਹੀਂ ਕਰ ਸਕਦੇ ਪਲੱਸ ਤੁਸੀਂ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤੁਸੀਂ ਕੋਈ ਐਸ ਸੀ ਸੀਟ ਦੇ ਉਹਦਾ ਅਸੀਂ ਪੰਜਾਬ ਚ ਕਿਤੇ ਦੇਖ ਸਕਦੇ ਆ ਤੁਸੀਂ ਮਹਾਲੀਵਾਲ ਬਿਲਕੁਲ ਸੋਚੋ ਨਾ ਜਦੋਂ ਉਧਰੋਂ ਜਵਾਬ ਮਿਲਿਆ ਫਿਰ ਉਹਨਾਂ ਜਾ ਕੇ ਜਿਹੜਾ ਕੇਜਰੀਵਾਲ ਨੂੰ ਖਰੀਦਿਆ ਕੇਜਰੀਵਾਲ ਨੂੰ ਟਿਕਟ ਮੁੱਲ ਲੈ ਕੇ ਅੱਜ ਮੈਦਾਨ ਚ ਉਤਰਿਆ ਔਰ ਤੁਹਾਨੂੰ ਆਉਣ ਵਾਲੇ ਕੋਈ ਸਬੂਤ ਐਡਾ ਵੱਡਾ ਅਲੀਗੇਸ਼ਨ ਲਾ ਰਹੇ ਹੋ ਕੇਜਰੀਵਾਲ ਨੂੰ ਖਰੀਦਿਆ ਮੁੱਖ ਮੰਤਰੀ ਆਓ ਨਹੀਂ ਨਹੀਂ ਤੁਸੀਂ ਮੁੱਖ ਮੰਤਰੀ ਕੇਜਰੀਵਾਲ ਜਿਹੜੇ ਬੰਦੇ ਉਹਦੇ ਉਹਦੇ ਪਾਰਟੀ ਦੇ ਬੰਦੇ ਕਹਿ ਰਹੇ ਨੇ ਜਿਹੜੇ ਗੁਰਤੇਜ ਪੰਨੂ ਵਰਗੇ ਜਾਂ ਹੋਰ ਜਿਹੜੇ ਆਪਣੇ ਜਾਂ ਉਹ ਬਰਭੋਰਾ ਸ਼ਾਇਦ ਕੋਈ ਬੰਦਾ ਕੋਈ ਹੈਗਾ ਉਹ ਸ਼ਰਮ ਵੀਡੀਓ ਪਾ ਰਹੇ ਨੇ ਜਿਹੜਾ ਬੰਦਾ ਅੱਜ ਤੱਕ ਖਾਸ ਸੀ ਇਥੋਂ ਦਾ ਉਹ ਕੱਲ੍ਹ ਉਹ ਅੱਜ ਜੁਆਇਨ ਕੀਤਾ ਅਗਲੇ ਦਿਨ ਉਹਨੂੰ ਟਿਕਟ ਦੇਤੀ ਐਡਾ ਕਿਹੜਾ ਉਹ ਕੋਦੋਂ ਕਾਲਾ ਦਿਨ ਚਰਾਕ ਸੀ ਕਿ ਉਹ ਟਿਕਟ ਦੇਤੀ ਬੰਦਾ ਆਫਟਰ ਆਲ ਨੂੰ ਉਹ ਕਹਿੰਦੇ ਸੀ ਆਮ ਆਦਮੀ ਨੂੰ ਅੱਗੇ ਕਰਨਾ ਇਹ ਆਮ ਆਦਮੀ ਹੈ ਜਿਹਦੇ ਘਰੇ 40 ਕਰੋੜ ਦੀਆਂ ਗੱਡੀਆਂ ਖੜੀਆਂ ਹੁਣ ਤੁਸੀਂ ਉਹਨੂੰ ਆਮ ਆਦਮੀ ਕਹਿੰਦੇ ਹੋ ਤੇ ਜਿਹੜੇ ਬੰਦੇ 8 ਸਾਲ ਤੋਂ ਇੱਥੇ ਵਿਚਾਰੇ ਮਿਹਨਤ ਕਰਦੇ ਸੀ ਵਾਲੰਟੀਅਰ ਲੱਗੇ ਸੀ ਪਿੰਡਾਂ ਦੇ ਵਿੱਚ ਉਹ ਸਾਰੇ ਇਗਨੋਰ ਹੋ ਗਏ ਹੁਣ ਉਹ ਸਾਰੇ ਛੱਡ ਕੇ ਭੱਜ ਰਹੇ ਨੇ ਕਲਵੰਤ ਸਿੰਘ ਨੂੰ ਇੱਕ ਫੋਬੀਆ ਹੈਗਾ ਲੇਕਿਨ ਉਹ ਫੋਬੀਆ ਤੁਹਾਡੇ ਸਾਹਮਣੇ ਅਸੀਂ ਆ 20 ਫਰਵਰੀ ਨੂੰ ਤਾਰ ਦੇਾਂਗੇ ਕਲਵੰਤ ਸਿੰਘ ਕਿਉਂਕਿ ਪੈਸੇ ਵਾਲੇ ਬੰਦੇ ਤਾਂ ਹੈਗੇ ਨੇ ਤੁਹਾਨੂੰ ਕੀ ਲੱਗਦਾਗਾ ਕਿਉਂਕਿ ਤੁਸੀਂ ਵੀ ਤੁਸੀਂ ਵੀ ਇੱਥੇ ਸਟਰੋਂਗ ਰਹੇ ਹੋ ਤੁਹਾਡੇ ਸਾਹਮਣੇ ਕੋਈ ਟਿਕਦਾ ਨਹੀਂ ਰਿਹਾਗਾ ਇਸ ਵਾਰ ਤੁਹਾਨੂੰ ਲੱਗਦਾ ਕੋਈ ਹੈਜਾ ਕੈਂਡੀਡੇਟ ਹੈਗਾ ਦੇਖੋ ਮੈਨੂੰ ਕੋਈ ਨਹੀਂ ਲੱਗਦਾ ਮੈਨੂੰ ਪੁਰਾਣੀ ਇਸ ਗੱਲ ਦਾ ਮੈਂ ਮੇਰੇ ਆਪਣੇ ਰੂਟਸ ਨੇ ਮੈਂ 30 ਸਾਲ ਤੋਂ ਪੋਲਿਟਿਕਸ ਦੇ ਵਿੱਚ ਐ ਮੈਂ 30 ਸਾਲ ਤੋਂ ਲਗਾਤਾਰ ਚਾਹੇ ਮੈਂ ਪਾਵਰ ਚ ਰਿਹਾ ਚਾਹੇ ਨਹੀਂ ਰਿਹਾ ਮੈਂ ਲੋਕਾਂ ਨਾਲ ਖੜਾ ਰਿਹਾ ਮੈਂ ਲੋਕਾਂ ਦੀ ਗੱਲ ਕੀਤੀ ਹੈ ਜਿਵੇਂ ਉਹ ਪੁਸ਼ਨਾ ਐਮ ਐਲ ਏ ਸੀਗਾ ਤਾਂ ਮੈਂ ਵਿਧਾਨ ਸਭਾ 'ਚ ਤੁਹਾਡੇ ਸਾਹਮਣੇ ਝੰਡੇ ਗੱਡੇ ਆ ਮੇਰੇ ਦੇ ਮਰਡਰ ਦਾ ਪਰਚਾ ਵੀ ਕੱਲ੍ਹ ਦਲੇ ਦਿੱਤਾ ਮੈਨੂੰ ਡਰਾਉਣ ਤੋਂ ਧਮਕਾਉਣ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਮੈਂ ਇਸ ਗੱਲ ਤੋਂ ਨਹੀਂ ਚਿਪਿਆ ਔਰ ਮੈਨੂੰ ਕੱਲ੍ਹ ਤੇ ਰੌਣ ਵਾਸਤੇ ਉਸ ਪ੍ਰਕਾਸ਼ ਸਿੰਘ ਬਾਦਲ ਮੇਰੇ ਕੋਲ ਚੱਲ ਕੇ ਆਏ ਮਨ ਵੀ ਬਾਦਲ ਨਾਲ ਸੀ ਉਹਨੇ ਕਿਹਾ ਜੀ ਦੋ ਆ ਬੈਠਿਆ ਤੀਜਾ ਤੂੰ ਹੈਗਾ ਕਿ ਤੂੰ ਦੋ ਵਾਰ ਨਹੀਂ ਆਏ ਕਿ ਤੁਸੀਂ ਪਾਰਟੀ ਜੋ ਮੈਂ ਕਾਂਗਰਸ ਮੈਂ ਕਾਂਗਰਸ ਪਾਰਟੀ ਜਬ ਕਾਂਗਰਸ ਨੂੰ ਮਾਰਨਾ ਹੈ ਮੈਂ ਸਪਸ਼ਟ ਕਿਹਾ ਜੀ ਮੈਂ ਆਪਣੀ ਪਾਰਟੀ ਛੱਡ ਨਹੀਂ ਸਕਦਾ ਠੀਕ ਹੈ ਮੈਨੂੰ ਟਿਕਟ ਨਹੀਂ ਤਾਂ ਟਿਕਟ ਮਿਲ ਜੂਗਾ ਮੈਂ ਲਗਾਤਾਰ ਤਿੰਨ ਵਾਰੀ ਐਮਐਲਏ ਬਣਿਆ ਤੇ ਜਿਹੜਾ ਮੇਰੇ ਸਾਹਮਣੇ ਲੜਿਆ ਕੁਲਵੰਤ ਉਹਨਾਂ ਦੇ ਨਾਲ ਹੀ ਹੁੰਦਾ ਸੀ ਕੁਲਵੰਤ ਮੁਰਲੀ ਕਿਲੀ ਹੁੰਦਾ ਸੀ ਹਮੇਸ਼ਾ 2002 ਜਦੋਂ ਮੈਂ ਇਲੈਕਸ਼ਨ ਹਾਰਿਆ ਉਦੋਂ ਵੀ ਇਹ ਸਾਡਾ ਬਣਾਇਆ ਪ੍ਰਧਾਨ ਰਾਤ ਨੂੰ 2 ਦਿਨ ਪਹਿਲਾਂ ਜਾ ਕੇ ਕਾਂਗਰਸ ਦੀ ਝੋਲੀ ਪੈ ਗਿਆ ਫਿਰ ਦੁਆਰੇ ਕਾਂਗਰਸ ਦੀ ਝੋਲੀ ਪੈ ਕੇ ਸਾਡੀ ਨੇ ਵਿਰੋਧਤਾ ਕੀਤੀ ਚਲੋ ਅਸੀਂ ਲੈਕਸਸ 7800 ਵੋਟ ਤੇ ਜਾਦ ਅਸੀਂ ਲੂਜ਼ ਕਰ ਗਏ ਲੇਕਿਨ ਉਦੋਂ ਬਾਅਦ 2007 ਚ ਕੈਟਰ ਕਮਲਜੀਤ ਜੀ ਨਾਲ ਲੜਾਈ ਲੜੀ ਕੈਟਰ ਕਮਲਜੀਤ ਨੂੰ ਵੱਡਾ ਕੋਈ ਥੰਮ ਕੱਲਲ ਤੇ ਹੈ ਨਹੀਂ ਸੀਗਾ ਉਹਨੂੰ ਵੀ 14000 ਤੇ ਮਾਰ ਦਿੱਤਾ ਉਹਦੇ ਬੇਟੇ ਨੂੰ ਔਰ ਉਦੋਂ ਬਾਅਦ ਉਦੋਂ ਬਾਅਦ ਰੰਮ ਬੜਿਆ ਸਾਹਿਬ ਪੂਰਾ ਇੱਕ ਇੰਟਰਨੈਸ਼ਨਲ ਫਿਗਰ ਨੇ ਉਹਨਾਂ ਨੂੰ ਮੈਂ 17000 ਤੇ ਹਰਾਇਆ ਉਦੋਂ ਅਗਲੀ ਵਾਰ ਝਾੜੂ ਦਾ ਜਦੋਂ ਬਹੁਤ ਵੱਡਾ ਬੁਖਾਰ ਸੀ ਲੋਕਾਂ ਨੂੰ ਤੇ ਝਾੜੂ ਵਾਲੇ ਕੈਂਡੀਡੇਟ ਨੂੰ ਮੈਂ 28000 ਤੇ ਹਰਾਇਆ ਔਰ ਕਾਲੇਦਾਨੋਂ ਸਿਰ 30000 ਵੋਟ ਪਈ ਮੈਨੂੰ 68000 ਵੋਟ ਪਈ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਲੱਗਦਾ ਕੋਈ ਮੁਕਾਬਲੇ ਨਹੀਂ ਵੀ ਸਿੱਧੂ ਦੇ ਮੁਕਾਬਲੇ ਚ ਕੋਈ ਨਹੀਂ ਹੈਗਾ ਦੇਖੋ ਮੁਕਾਬਲਾ ਤਾਂ ਕਰੇ ਇਲੈਕਸ਼ਨ ਦੇ ਲੜਦੇ ਆ ਪੂਰੇ ਜੋਰ ਨਾਲ ਲੜਨੇ ਪੈਂਦੀ ਹੈ ਪਰ ਅਸੀਂ ਆਪਣੀ ਲੀਡ ਵਧਾਵਾਂਗੇ ਘਟਣ ਨਹੀਂ ਦਿੰਦੇ ਯਾਨੀ ਕਲਵੰਤ ਤੁਹਾਡੇ ਸਾਹਮਣੇ ਨਹੀਂ ਟਿਕਣਗੇ ਬਿਲਕੁਲ ਮੈਂ ਕਹਿੰਦਾ ਲੋਕ ਮੇਰੇ ਨਾਲ ਨੇ ਮੇਰਾ ਸ਼ਹਿਰ ਮੇਰੇ ਨਾਲ ਹੈ ਮੇਰੇ ਸ਼ਹਿਰ ਜਿਵੇਂ ਤੁਹਾਨੂੰ ਅੱਜ ਪਾਰਕਾਂ ਜਾ ਕੇ ਦੇਖੋ ਸ਼ਹਿਰ 163ਵੇਂ ਨੰਬਰ ਤੇ ਸੀਗਾ ਅੱਜ ਸ਼ਹਿਰ 81ਵੇਂ ਨੰਬਰ ਤੇ ਆ ਗਿਆ ਔਰ ਅਗਲੇ ਸਾਲ ਸੱਤ ਅੱਠ ਮਹੀਨੇ ਘੜੀ ਕਾਰਪੋਰੇਸ਼ਨ ਬਣੀ ਹੋਏ ਨੇ ਅਗਲੇ 10 ਮਹੀਨਾ ਬਾਅਦ ਤੁਸੀਂ ਦੇਖੋਗੇ ਸ਼ਹਿਰ ਪਹਿਲੇ 15 ਨੰਬਰਾਂ 'ਚ ਹੋਏਗਾ ਤੇ ਪੰਜਾਬ 'ਚ ਮੁਕਾਬਲਾ ਆਪ ਦਾ ਆਪ ਦੇ ਨਾਲ ਆਗਾ ਕਾਂਗਰਸ ਦਾ ਪੂਰੇ ਪੰਜਾਬ 'ਚ ਦੇਖੋ ਹਲੇ ਜਿੱਦਾਂ ਟਿਕਟਾਂ ਸਾਰੀਆਂ ਅਨਾਉਂਸ ਨਹੀਂ ਹੁੰਦੀਆਂ ਟਿਕਟਾਂ ਨੋਟ ਬਾਅਦ ਜਦੋਂ ਕਾਗਜ਼ ਨੋਮੀਨੇਸ਼ਨ ਨਹੀਂ ਪਰੋਜਿਆ ਹੁੰਦੀ ਉਹਨਾਂ ਦੇ ਕੋਈ ਗੱਲ ਪਿਕਚਰ ਸਾਹਮਣੇ ਨਹੀਂ ਅੱਜ ਦੀ ਡੇਟ ਸਾਡੀ ਪਾਰਟੀ ਬਹੁਤ ਅੱਗੇ ਚੱਲ ਰਹੀ ਹੈ ਔਰ ਅੱਗੇ ਰਹੇਗੀ ਤੁਹਾਡੀ ਇੱਕ ਕਿਹਾ ਜਾਂਦਾ ਕਿ ਤੁਹਾਡੀ ਪਾਰਟੀ ਜ ਬੜਾ ਰੋਲ ਆਗਾ ਸਿੱਧੂ ਚੰਨੀ ਜਾਖੜ ਕਲੈਕਟਿਵ ਲੀਡਰਸ਼ਿਪ ਕੋ ਕਹਿੰਦਾ ਸੀ ਤੁਸੀਂ ਮਹਾਲੀ ਦੀ ਫੋਕਸ ਕੀਤਾ ਹੋਇਆ ਜਾਂ ਤੁਸੀਂ ਵੀ ਸੋਚਦੇ ਹੋ ਕੌਣ ਅਗਲਾ ਸੀਐਮ ਹੋਵੇ ਕੌਣ ਤੁਹਾਨੂੰ ਕੀ ਲੱਗਦਾ ਜਾਂ ਹਾਈ ਕਮਾਂਡ ਹੀ ਡਿਸਾਈਡ ਕਰੇ ਜਾਂ ਤੁਹਾਨੂੰ ਲੱਗਦਾ ਤੁਹਾਡੀ ਵੀ ਕੋਈ ਰਾਏ ਹੈ ਜਿਵੇਂ ਰਾਣਾ ਗੁਰਜੀਤ ਨੇ ਕਿਹਾ ਤਰਪਤ ਨੇ ਕਿਹਾ ਦੇਖੋ ਗੱਲ ਐਦਾ ਹੁੰਦੀ ਹੈ ਇਹ ਵੈਸੇ ਫੈਸਲਾ ਕਰਨਾ ਹਾਈ ਕਮਾਂਡ ਨੇ ਔਰ ਦੂਜੀ ਗੱਲ ਸਾਡੇ ਜਿਹੜੇ ਬੰਦੇ ਜਿੱਤ ਕੇ ਉਹ ਐਮ.ਐਲ.ਏ. ਹੋਣਗੇ ਉਹ ਦੋ ਡਿਸਾਈਡ ਕਰਨਗੇ ਉਹ ਕਿਹੜਾ ਲੀਡਰ ਪਪੰਦਰ ਹੈਗਾ ਪਹਿਲੀ ਗੱਲ ਤਾਂ ਸਾਡੀ ਹਲੇ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਹੈ ਕਿ ਲੜਾਈ ਲੜ ਕੇ ਅਸੀਂ ਪਹਿਲਾਂ ਪਾਰਟੀ ਜਿਤਾਈਏ ਉਸ ਤੋਂ ਬਾਅਦ ਲੜਾਈ ਜਿਹੜੀ ਅਗਲੀ ਕੁਰਸੀ ਦੀ ਹੋਵੇਗੀ ਇਹ ਕੀ ਪਤਾ ਕੱਲ ਨੂੰ ਮੈਂ ਕਹਾਂ ਮੈਨੂੰ ਮੈਂ ਵੀ ਦਾਅਵਧਾਰ ਬਣ ਜਾ ਲੇਕਿਨ ਇਹ ਨਹੀਂ ਹੁੰਦਾ ਉਹ ਹਾਈ ਕਮਾਂਡ ਸਾਹਮਣੇ ਜਾ ਕੇ ਅਸੀਂ ਪੂਰੀ ਝੋਲੀ ਵੋਟਾਂ ਦੀ ਕਰਾਂਗੇ ਆ ਇੰਨੇ ਬੰਦੇ ਜਿੱਤ ਕੇ ਆਏ ਜੀ ਤੁਸੀਂ ਹੁਣ ਕਰੋ ਕਿ ਉਹ ਸਾਡੀ ਪਾਰਟੀ ਦੀ ਹਮੇਸ਼ਾ ਇੱਕ ਪ੍ਰਸਾ ਰਹੀ ਹੈ ਜੋ ਸਾਡਾ ਪਾਰਟੀ ਦੀ ਸੁਪਰੀਮੋ ਹੈ ਸੋਨੀਆ ਗਾਂਧੀ ਜੀ ਔਰ ਉਹਨਾਂ ਦੇ ਕਹਿਣ ਮੁਤਾਬਕ ਹੀ ਸਾਰਾ ਕੰਮ ਹੁੰਦਾ ਤੇ ਉਹ ਸਾਰੇ ਪੱਖ ਵਿਚਾਰਨ ਤੋਂ ਬਾਅਦ ਹੀ ਡਿਸਾਈਡ ਕਰਦੇ ਨੇ ਕੌਣ ਬੰਦਾ ਅਗਲਾ ਉਮੀਦਵਾਰ ਹੋਣਾ ਚਾਹੀਦਾ ਹੈ ਦੇਖੋ ਚੰਨੀ ਸਾਹਿਬ ਨੇ ਵੀ ਕੰਮ ਅੱਛਾ ਕੀਤਾ ਇਸੀ ਗੱਲ ਨਹੀਂ ਤੇ ਸਾਡੇ ਬਾਕੀ ਲੀਡਰ ਵੀ ਜਾਖੜ ਸਾਹਿਬ ਨੇ ਵੀ ਮੈਂ ਕੰਮ ਕੀਤਾ ਮੈਂ ਉਹਨਾਂ ਦੇ ਹੁੰਦੇ ਪ੍ਰਧਾਨ ਵੀ ਰਿਹਾ ਜਿਲ੍ਹੇ ਦਾ ਉਹਨਾਂ ਨਾਲ ਮੈਂ ਐਮਐਲਏ ਵੀ ਰਿਹਾ ਵਿਧਾਨ ਸਭਾ ਦੇ ਵਿੱਚ ਬਕਾਇਦਾ ਸਿੱਧੂ ਸਾਹਿਬ ਨਾਲ ਮੇਰੇ ਬਹੁਤ ਸਾਰੇ ਤਾਲਕਾਦ ਨੇ ਮੇਰੇ ਇਲੈਕਸ਼ਨ ਲਾਸਟ ਵਾਰੀ ਵੀ ਆਏ ਸੀਗੇ ਉਹ ਵੀ ਅੱਛਾ ਰੋਲ ਪਲੇ ਕਰ ਰਹੇ ਨੇ ਉਹ ਵੀ ਚੰਗੇ ਆਪਣਾ ਲੋਕਾਂ ਜਾ ਕੇ ਉਹਨੇ ਚੰਗੀਆਂ ਰੈਲੀਆਂ ਕੀਤੀਆਂ ਨੇ ਚੰਗੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਨੂੰ ਸਾਰੇ ਤਖੜੀ ਕਰ ਰਹੇ ਨੇ ਔਰ ਦੂਜੀ ਗੱਲ ਕਾਂਗਰਸ ਪਾਰਟੀ ਦੀ ਇਹੀ ਕਦਾਕਤਾ ਹੈ ਕਿ ਜੇ ਜੇ ਅੱਜ ਪਾਰਟੀ ਦੇ ਵਿੱਚ ਪਹਿਲੇ ਦੌਰ ਲੱਗੀ ਮੁੱਖ ਮੰਤਰੀ ਬਣਦੀ ਇਹਦਾ ਉਹ ਪਾਰਟੀ ਚੰਗੀ ਦਿਸ਼ਾ ਵੱਲ ਜਾ ਰਹੀ ਹੈ ਧੰਨਵਾਦ ਸਿੱਧੂ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹ ਹਨ ਬਲਬੀਰ ਸਿੱਧੂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਿਨ੍ਹਾਂ ਦਾ ਦਾਵਾ ਜਿਨ੍ਹਾਂ ਨੇ ਵੱਡੀ ਗੱਲ ਕਹੀ ਉਹਨਾਂ ਦਾ ਕਹਿਣਾ ਕਲਵੰਤ ਤਾਂ एमसीबी 300 ਵੋਟਾਂ ਤੇ ਹਾਰ ਗਏ ਸੀ ਉਹ ਮੇਰੇ ਸਾਹਮਣੇ ਨਹੀਂ ਟਿਕ ਸਕਦੇ ਦੇਖਦੇ ਹਾਂ ਹੁਣ ਮੋਹਾਲੀ ਦੀ ਲੜਾਈ ਕਿੱਧਰ ਨੂੰ ਜਾਂਦੀ